ਵਿੱਚ ਉਸ ਵੇਲੇ ਮਾਤਮ ਛਾ ਗਿਆ ਜਿੱਥੇ ਇੱਕ ਘਰ ਵਿੱਚ ਪਤੀ ਪਤਨੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਮ੍ਰਿਤਕ ਪੰਕਜ ਅਤੇ ਪੂਨਮ ਪਟਨਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਲਗਭਗ 15 ਸਾਲਾਂ ਤੋਂ ਲੁਧਿਆਣਾ ਹੀ ਰਹਿ ਰਹੇ ਸੀ। ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਤਾਂ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ, ਪਰ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਨੀਰਜ ਹੈ, ਭਾਈ ਦਾ ਨਾਮ ਪੰਕਜ। ਕਿਆ ਹੁਆ ਥਾ? ਪਤਾ ਨਹੀਂ ਜੀ, ਰਾਤ ਕੋ ਹਮ ਲੋਗ ਅੱਛਾ ਖਾਣਾ ਪੀਣਾ ਖਾਏ, ਕੋਈ ਪ੍ਰੋਬਲਮ ਨਹੀਂ ਥਾ ਕਿਸੀ ਕੀ, ਔਰ ਸੋ ਗਏ ਆਰਾਮ ਸੇ ਖਾਣਾ ਪੀਣਾ ਖਾ ਕੇ। ਉਸਕੇ ਬਾਅਦ ਮੈਂ ਸੁਬਹਾ ਉੱਠੇ ਤੋ ਮੰਮੀ ਨੇ ਦਰਵਾਜ਼ਾ ਖੜਕਾਇਆ ਭਾਈ ਕੇ ਘਰ ਪੇ, ਤੋ ਗੇਟ ਖੁੱਲ ਨਹੀਂ ਰਹਾ ਥਾ, ਤੋ ਮੈਨੇ ਵੀ ਕੋਸ਼ਿਸ਼ ਕੀਆ ਗੇਟ ਖੋਲਨੇ ਕਾ, ਨਹੀਂ ਖੁਲਾ। ਉਸਕੇ ਬਾਅਦ ਮੈਂ ਕਸ ਕੇ ਧੱਕਾ ਦੀਆ ਤੋ ਗੁੰਡੀ ਟੁੱਟ ਗਈ, ਦੇਖਾ ਦੋਨੋਂ ਲਟਕੇ ਹੋਏ ਥੇ। ਕਿਸ ਚੀਜ਼ ਕੇ ਸਾਥ ਲਟਕੇ ਹੋਏ? ਪੰਖੇ ਮੇਂ, ਇੱਕ ਪੰਖੇ ਮੇਂ ਲਟਕੇ ਹੋਏ ਥੇ, ਇੱਕ ਹੁੱਕ ਮੇਂ। ਕਿਆ ਕਾਰਨ ਹੋ ਸਕਤਾ ਹੈ? ਕਾਰਨ ਸਰ ਕੁਛ ਵੀ ਨਹੀਂ ਹੈ, ਐਸਾ ਕੋਈ ਹਮ ਲੋਗੋ ਕੇ ਪਰਿਵਾਰ ਮੇਂ ਕਭੀ ਆਜ ਤੱਕ ਐਸਾ ਕੁਛ ਹੋਏ ਨਹੀਂ ਹੈ ਕਿ ਜੋ ਹਮ ਲੋਗੋ ਮੇਂ ਕਭੀ ਐਸਾ ਕੋਈ ਬਾਤ ਹੋ। ਕਿਆ ਕਾਮ ਕਰਤੇ ਥੇ ਭਾਈ? ਵੋ ਕਟਰ ਮਾਸਟਰ ਥੇ। ਔਰ ਬੱਚੇ ਉਨਕੇ ਕਿਤਨੇ? ਬੱਚਾ ਇੱਕ ਲੜਕਾ ਇੱਕ ਲੜਕੀ ਹੈ। ਔਰ ਪਿੱਛੇ ਕਹਾਂ ਕੇ ਰਹਿਣੇ ਵਾਲੇ? ਹਮ ਲੋਗ ਬਿਹਾਰ ਸੇ ਹੈਂ। ਕੋਈ ਕਾਰਨ ਸੁਸਾਈਡ ਕਾ ਜਾਂ ਕੋਈ ਹਰਾਸ਼ਮੈਂਟ ਜਾਂ ਕੋਈ ਐਸਾ? ਨਹੀਂ, ਐਸਾ ਕੋਈ ਵੀ ਰੀਜ਼ਨ ਨਹੀਂ ਥਾ, ਪਰ ਪਤਾ ਨਹੀਂ ਦੋ ਤਿੰਨ ਦਿਨ ਸੇ ਬੋਲ ਰਹਾ ਥਾ ਮੇਰਾ ਸਰ ਭਾਰੀ ਭਾਰੀ ਸਾ ਲੱਗ ਰਹਾ ਹੈ, ਐਸੇ ਵੈਸੇ ਬਸ, ਔਰ ਕੋਈ ਐਸੀ ਬਾਤ ਨਹੀਂ ਥੀ। ਕੋਈ ਬਾਹਰ ਕੋਈ ਬਾਤ ਹੋਈ ਕਿਸੀ ਕੇ ਸਾਥ? ਨਹੀਂ, ਬਾਹਰ ਕੋਈ ਬਾਤ ਨਹੀਂ। ਇੱਕ ਭਾਰਤੀ ਕਲੋਨੀ ਤੋਂ ਇੱਕ ਹਸਬੈਂਡ ਵਾਈਫ ਨੇ ਸੁਸਾਈਡ ਕੀਤੀ ਆ, ਉਹਦੇ ਘਰਦਿਆਂ ਨੂੰ ਸਵੇਰੇ ਹੀ ਪਤਾ ਲੱਗਿਆ। ਉਹ CMC ਦੇ ਵਿੱਚ ਲੈ ਗਏ ਸੀ ਸਵੇਰੇ, ਉੱਥੇ ਦੋਨਾਂ ਦੀ ਮੌਤ ਹੋ ਚੁੱਕੀ ਆ। ਲੜਕੀ ਦੇ ਮਾਪਿਆਂ ਦੀ ਵੇਟ ਕਰ ਰਹੇ ਹਾਂ, ਉਹਨਾਂ ਦੇ ਆਉਣ ਤੋਂ ਬਾਅਦ ਜਿੱਦਾਂ ਵੀ ਹੋਇਆ ਅਗਲੀ ਕਾਰਵਾਈ ਕੀਤੀ ਜਾਊ। ਸਰ ਇਹ ਸੁਸਾਈਡ ਕਿਤਾ ਕਿੱਦਾਂ ਕੀਤਾ ਗਿਆ? ਕਿਸ ਚੀਜ਼ ਨਾਲ? ਇੱਕ ਪੱਖੇ ਨਾਲ ਲਟਕਿਆ ਹੋਇਆ ਸੀ, ਇੱਕ ਹੁੱਕ ਨਾਲ ਲੱਗਿਆ ਹੋਇਆ ਸੀ, ਜੋ ਉਹਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ। ਕੋਈ ਹੋਰ ਰੀਜ਼ਨ ਕੋਈ ਪਤਾ ਲੱਗਿਆ? ਨਹੀਂ, ਅਜੇ ਕੋਈ ਰੀਜ਼ਨ ਨਹੀਂ ਪਤਾ ਲੱਗਿਆ, ਬਾਕੀ ਉਹਨਾਂ ਦੇ ਪਰਿਵਾਰ ਮੈਂਬਰਾਂ ਦੀ ਵੇਟ ਕਰ ਰਹੇ ਹਾਂ। ਉਸ ਤੋਂ ਬਾਅਦ ਹੀ ਅਸੀਂ ਕੁਛ ਕਿਸੇ ਨਤੀਜੇ 'ਤੇ ਪਹੁੰਚਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ, ਉਹਨਾਂ ਤੋਂ ਪੁੱਛ ਕੇ ਅਤੇ ਫਿਰ ਪੁੱਛ ਕੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਾਂਗੇ। ਸਰ ਇਹ ਪਰਿਵਾਰ 'ਚ ਇਕੱਠੇ ਰਹਿੰਦੇ ਸੀਗੇ? ਹਾਂ, ਪਰ ਜੁਆਇੰਟ ਫੈਮਿਲੀ।